ਬਾਈ ਜੀ, ਮੈਂ ਗੁਰਸਾਣਾ ਰਹਿਣ ਵਾਲਾ ਬੰਦੂ। ਮੈਂ ਇਹ ਕਟਾਏ ਪੰਗੋ ਲੈ ਲਿਓ ਮੋਟਰਸਾਈਕਲ ਵਾਲਾ, ਲੈ ਤੋ ਲਿਓ। ਪਰ ਯਾਰ ਦੁਨੀਆ ਮੰਨ ਗਿਣਤੀ ਕਹਿ ਯਾਰ, ਬਾਈ ਜੀ ਮਹਿੰਗੋ ਬਹੁਤ ਲੈ ਲਿਓ। ਮੈਂ ਕਿਹਾ ਯਾਰ ਮਹਿੰਗੋ ਕਿਤੋਂ ਕੁ ਲਿਓ, ਕੋਈ ਬਾਤ ਕੋਈ। ਇਹ ਕਰਤਾ ਕਰਤਾ ਕੋਈ ਮਨ ਬੰਦੋ ਮਿਲਿਓ, ਬੋ ਕਾ ਬਾਈ ਜੀ ਯਾਰ ਜੱਕਾ ਅੱਠੋ ਮੋਟਰਸਾਈਕਲ ਖਰੀਦਿਆ ਨਹੀਂ, ਬੋਥੇ ਗੰਗਾਨਗਰ ਜਾ ਕੇ ਵੇਚੂਗਾ ਤੋ ਬਾਈ ਜੀ ਬਹੁਤ ਮਹਿੰਗੋ ਵਿਕਾਗੋ। ਮੈਂ ਕਿਹਾ ਯਾਰ ਕਿਹੜਾ ਗੰਗਾਨਗਰ ਮਹਿੰਗੋ ਵਿਕਤੋ ਹੁਣ, ਤੋ ਮੈਂ ਅੱਠੋ ਚੱਲਿਓ ਫੈਂਟਤੀ ਵਾ ਮੋਟਰਸਾਈਕਲ। ਅੱਠੋ ਜਾ ਕੇ ਰਾਮ ਸਿੰਘ ਪੁਰੋ ਪਾਰ ਕਰ ਗਿਓ, ਬਿੰਗ ਬਾਅਦ ਮੈਂ ਬਾਈ ਜੀ ਜਾ ਕੇ ਮੈਂ ਦੇਖਿਓ ਮੋਟਰਸਾਈਕਲ ਕੋ ਤਾਂ ਲਾ ਲਓ ਟਾਇਰ ਹੀ ਕੋਈ ਨਹੀਂ, ਪੜ ਗਿਓ ਰਾਮ। ਮੈਂ ਕਿਹਾ ਮਿੱਤਰਾ ਮੋਟਰਸਾਈਕਲ ਕੋ ਟਾਇਰ ਪੜ ਖਟ ਗਿਓ। ਅੱਠੂ ਮੈਂ ਪਕੜ ਕੇ ਮੋਟਰਸਾਈਕਲ ਮੋੜੇ ਪੁੱਠੋ ਹੈਂ ਮਾਏ ਜਣੇ ਮੋਟਰਸਾਈਕਲ ਕੋ ਟਾਇਰ ਤੋਂ ਲਾ ਦਿਓ ਬਿਹਤਰ ਜੀ ਵੀ। ਬਿਹਤਰ ਜੀ ਵੀ ਮੋੜ ਪਰ ਪੜਿਓ ਬੜੇ, ਮੈਂ ਤਾਂ ਜਿਵੜੋ ਮੇਰੇ ਕੋਲ ਬਾਂਧ ਲਈ ਟਿਕਾ ਕੇ, ਟਿਕਾ ਕੇ ਬਾਂਧ ਕੇ ਪਕੜ ਕੇ ਫਿਰ ਖਿੱਚ ਦਿਓ, ਖਿੱਚ ਦਿਓ ਜਾ ਕੇ ਕਦੇ 100 ਪਰ ਕਦੇ 150 ਪਰ 200 ਟਪਾ ਦਿਓ ਬੱਜੀ। ਮੈਂ 200 ਉੱਪਰ ਆ ਕੇ ਚੱਲੋ ਮੋਟਰਸਾਈਕਲ ਜਾ ਕੇ ਗੰਗਾਨਗਰ ਵੇਚਿਓ ਬੱਜੀ, 12-13 12,000 ਕੁ ਤਾਂ ਲੇਟ ਹੋ ਰਿਹਾ। ਬਟ ਜਾ ਕੇ ਬੱਜੀ ਅੱਛਾ ਰੁਪਇਆ ਮੰਟਿਆ, ਬਟ 33,000 ਫੁੱਟ ਪਾਰ ਆਏ। ਮੋਟਰਸਾਈਕਲ ਕੇ ਭਾਈ ਜੀ ਮੈਂ ਕਹੂੰ ਚੀਜ਼ ਜੀ ਏਵਰੇਜ ਜੀ ਥਨ ਯਾਰ ਥਨ ਕੇ ਬਤਾਊ ਯਾਰ, ਮੈਂ ਪੱਗ ਲੂੰ ਥੇ ਤੋਂ ਕੋਈ ਪੱਗ ਲਓ ਕੋ ਨਹੀਂ। ਏਵਰੇਜ ਭਾਜੀ ਪਿੰਗੀ ਮੈਂ ਥਨਕੂੰ 25-30 ਸੂੰ ਟੁੱਟਣ ਕੋ ਦਿਨ ਤੋਂ, 25-30 ਸੂੰ ਟੁੱਟਣ ਕੋ ਦਿਨ ਤੋਂ ਸੋ ਮੋਟਰਸਾਈਕਲ ਮੇਰੇ ਕੋਲ। ਮੈਂ ਇੱਕ ਖੇਂਦ ਦਿਓ ਨਹੀਂ ਟਿਕਾ ਖੇਂਦ ਦਿਓ ਤੋ 20 ਸੂੰ ਤੋਂ ਮਰਤ ਹੋਈ ਕੋਈ ਨਹੀਂ ਕਦੇ। ਹਾਂ